ਗਸ਼ਤ ਸਾਡੇ ਟਾਈਮ ਬਾਈ ਟਾਈਮ ਜਿਹੜੇ ਪ੍ਰੋਗਰਾਮ ਆ ਰਹੇ ਨੇ ਨਾਕਾਬੰਦੀ ਅਤੇ ਗਸ਼ਤ ਅਸੀਂ ਕਰ ਰਹੇ ਹਾਂ ਰੂਟੀਨ ਦੇ ਵਿੱਚ ਸ਼ਰਾਸਤੀ ਅੰਸਰਾਂ ਨੂੰ ਠੱਲ ਪਾਉਣ ਦੇ ਲਈ ਮਾਣਯੋਗ ਸਰਦਾਰ ਮਨਜੀਤ ਸਿੰਘ ਜੀ ਅਤੇ SSP ਕਪਤਾਨ ਪੁਲਿਸ ਫਾਜ਼ਿਲਕਾ ਅਤੇ ਸੀਨੀਅਰ ਅਫਸਰਾਂ ਵੱਲੋਂ ਜੋ ਵੀ ਪ੍ਰੋਗਰਾਮ ਆ ਰਹੇ ਉਹਨਾਂ ਦੌਰਾਨ ਅਸੀਂ ਚੈਕਿੰਗ ਜਿਹੜੀ ਹੈ ਕਰ ਰਹੇ ਹਾਂ ਜੀ। ਤਾਂ ਕੱਲ੍ਹ ਵੀ ਅਸੀਂ ਜਿਹੜੇ ਇਸ ਦੌਰਾਨ ਅਸੀਂ ਜਿਹੜੀ ਸਾਡੀ ਗਸ਼ਤ ਜਿਹੜੀ ਉਹ ਚੱਲ ਰਹੀ ਸੀਗੀ ਜੀ, ਇਸ ਦੌਰਾਨ ਅਸੀਂ ਜਦੋਂ ਇੰਦਰਾ ਨਗਰੀ ਦੇ ਲਾਗੇ ਅਸੀਂ ਆਏ ਤਾਂ ਉੱਥੇ ਸਾਨੂੰ ਲੱਗਿਆ ਕਿ ਕੁਛ ਸ਼ਰਾਰਤੀ ਅਨਸਰ ਖੜ੍ਹੇ ਸੀ ਜਿਨ੍ਹਾਂ ਦੇ ਕੋਲ ਕੁਛ ਜਿਹੜੇ ਹਥਿਆਰ ਜਿਹੜੇ ਨੇ ਸਾਨੂੰ ਸ਼ੱਕ ਪਿਆ ਅਤੇ ਅਸੀਂ ਰੁਕੇ ਅਤੇ ਜਦੋਂ ਚੈਕਿੰਗ ਕੀਤੀ ਤਾਂ ਉਹਨਾਂ ਦੇ ਕੋਲੋਂ ਇੱਕ ਪਿਸਤੌਲ ਨੁਮਾ ਜਿਹੜੀ ਚੀਜ਼ ਉਹ ਬਰਾਮਦ ਹੋਈ ਅਤੇ ਨਾਲ ਉਹਨਾਂ ਕੋਲ ਇੱਕ ਜਿਹੜੀ ਹੈ ਤਲਵਾਰ ਜਿਹੜੀ ਹੈ ਉਹ ਮਿਲੀ। ਅਤੇ ਜਦੋਂ ਮਿਲਣ ਤੋਂ ਉਪਰੰਤ ਉਹਨਾਂ ਦੇ ਨਾਲ ਅਸੀਂ ਜਦੋਂ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਵੈਰੀਫਿਕੇਸ਼ਨ ਰਿਗਾਰਡਿੰਗ ਅਸੀਂ ਉਹਨੂੰ ਬਿਠਾਉਣ ਲੱਗੇ ਤਾਂ ਉਹਨਾਂ ਦੇ ਨਾਲ ਸਟਰਗਲ ਜਿਹੜਾ ਉਹ ਸ਼ੁਰੂ ਹੋ ਗਿਆ। ਕਾਫੀ ਜਦੋ ਜਹਿਦ ਕਰਨ ਦੇ ਨਾਲ ਪਬਲਿਕ ਦੀ ਹੈਲਪ ਦੇ ਨਾਲ ਅਸੀਂ ਉਹਨਾਂ ਨੂੰ ਜਿਹੜਾ ਗੱਡੀ ਦੇ ਵਿੱਚ ਬਿਠਾਇਆ ਅਤੇ ਲਿਆ ਕੇ ਜਿਹੜਾ ਉਹਨਾਂ ਨੂੰ ਇਹਨੇ ਪੁਲਿਸ ਮੁਲਾਜ਼ਮ 'ਤੇ ਵੀ ਹਮਲਾ ਕੀਤਾ ਜੀ। ਯੈਸ ਜੀ ਯੈਸ, ਉਹਨਾਂ ਨੇ ਸਟਰਗਲ ਦੇ ਦੌਰਾਨ ਸਾਡੇ ਮੁਲਾਜ਼ਮ ਦੀ ਵਰਦੀ ਫੜ ਗਈ ਜੀ ਅਤੇ ਉਹਦੀ ਪੱਗ ਵੀ ਸਾਡੇ ਮੁਲਾਜ਼ਮ ਜਿਹੜੀ ਹੈ ਗਿਰ ਗਈ। ਤਕਰੀਬਨ 9 ਮੁਕਦਮੇ ਆਲਰੇਡੀ ਦਰਜ ਨੇ ਜੀ ਅਤੇ ਇਹਨਾਂ ਦੇ ਜਿਹੜਾ ਅਸੀਂ 246 ਜਿਹੜਾ ਮੁਕਦਮਾ ਹੈ ਸਿਟੀ ਵਾਨਾ ਬੋਰਡ ਦੇ ਵਿੱਚ ਦਰਜ ਕਰ ਦਿੱਤਾ ਗਿਆ ਹੈ ਅਤੇ 353 ਜਿਹੜੀ 186 379 ਜਿਹੜੀ ਆ ਲਾ ਕੇ ਮੁਕਦਮਾ ਦਰਜ ਕਰ। ਸਰ ਕਿਸ ਤਰ੍ਹਾਂ ਦੇ ਪਹਿਲਾਂ ਦੇ ਪਰਚੇ ਨੇ ਇਹਨਾਂ ਦੇ? ਇਹਨਾਂ ਦੇ ਸਰ ਚੋਰੀ ਅਤੇ ਸਨੈਚਿੰਗ, 307 ਲੁੱਟ ਖੋਹ ਜਿਹੜੀ ਇੱਦਾਂ ਦੀ ਵਾਰਦਾਤਾਂ ਇਹ ਕਰਦੇ ਰਹਿੰਦੇ ਨੇ। ਰਾਤ ਕਿਸ ਵਾਰਦਾਤ ਨੂੰ ਅੰਜਾਮ ਦੇਣ ਚੱਲੇ ਸੀ ਜਿਹੜਾ ਇੰਨਾ ਤੇਜ਼ ਸਪੀਡ ਨਾਲ ਮੋਟਰਸਾਈਕਲ ਚੋਰੀ ਦਾ ਕਰਕੇ ਲੈ ਕੇ ਚੱਲੇ ਸੀ? ਹੈਪਚੁਲ ਹੈ ਜੀ, ਇਹਨਾਂ ਨੇ ਆਲਰੇਡੀ ਦਿਨੇ ਇੱਕ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ। ਜਿਹੜਾ ਮੋਟਰਸਾਈਕਲ ਸੀ ਬਰਾਮਦ ਕੀਤਾ ਉਹ ਵੀ ਚੋਰੀ ਦਾ ਸੀ ਇਹਨਾਂ ਕੋਲ ਅਤੇ ਡੇ ਟਾਈਮ ਵੀ ਕੋਈ ਇਹਨਾਂ ਦੀ ਕੋਈ ਲੜਾਈ ਹੋਈ ਸੀ ਉਸੇ ਲੜਾਈ ਦੇ ਚੱਲਦੇ ਹੀ ਇਹ ਕਿਸੇ ਨੂੰ ਜਿਹੜੀ ਹੈ ਕੁੱਟਮਾਰ ਇਹਨਾਂ ਨੇ ਕਰਨੀ ਸੀਗੀ ਉਹ ਕਿਰਪਾਨ ਵੀ ਇਸੇ ਮਕਸਦ ਨੂੰ ਲੈ ਕੇ ਸੀਗੀ। ਕਿਉਂ ਨਸ਼ੇ ਨੁਸ਼ੇ ਵੀ ਕਰਦਾ ਜੀ? ਸਲਾਹ 'ਤੇ ਚਰਾਤ ਸੀਗਾ ਜੀ? ਯੈਸ, ਨਸ਼ੇ ਵਗੈਰਾ ਵੀ ਕਰਦਾ। ਸਰ ਇੱਕ ਮੌਕੇ 'ਤੇ ਤੁਹਾਨੂੰ ਬਹੁਤ ਮਤਲਬ ਕਸ਼ਮਕਸ਼ ਕਰਨੀ ਪਈ ਤੁਹਾਨੂੰ ਫੜਨ ਵਾਸਤੇ, ਪਬਲਿਕ ਦਾ ਕਿਸ ਤਰ੍ਹਾਂ ਦਾ ਰੋਲ ਰਿਹਾ, ਪਬਲਿਕ ਦਾ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ? ਨਹੀਂ, ਇਹ ਗੱਲ ਪ੍ਰਿੰਸੀਪਲ ਹੈ ਜੀ। ਪਬਲਿਕ ਦੇਖੋ ਆਮ ਇਹ ਹੁੰਦਾ ਕਿ ਪਬਲਿਕ 'ਚ ਡਰ ਦਾ ਮਾਹੌਲ ਹੁੰਦਾ, ਲੇਕਿਨ ਬਾਕੀ ਕੱਲ੍ਹ ਜਿਹੜੀ ਇੱਕ ਪ੍ਰਿੰਸੀਪਲ ਗੱਲ ਰਹੀ ਉਹ ਜਿਹੜੀ ਪਬਲਿਕ ਹੈ ਉਹਨਾਂ ਨੇ ਬਹੁਤ ਸਪੋਰਟ ਕੀਤੀ ਸਾਨੂੰ, ਪਬਲਿਕ ਨੇ ਜਿਹੜਾ ਸਾਡੀ ਜਿਹੜੀ ਹੈ ਪੁਲਿਸ ਨੂੰ ਬਹੁਤ ਸਪੋਰਟ ਕੀਤੀ ਸੀ। ਹੋਰ ਸਰ ਕੀ ਸੰਦੇਸ਼ ਦੇਣਾ ਚਾਹੋਗੇ ਲੋਕਾਂ ਨੂੰ ਇਸ ਤਰ੍ਹਾਂ ਦੀ ਵਾਰਦਾਤਾਂ ਕਰਨ ਵਾਲੇ ਲੋਕਾਂ ਨੂੰ? ਵੱਧ ਤੋਂ ਵੱਧ ਸਾਨੂੰ ਮੈਸੇਜ ਇੱਦਾਂ ਦਾ ਜਿਹੜੇ ਸਰਕੂਲੇਟ ਕਰਿਆ ਕਰੋ ਜੀ, ਜਦੋਂ ਵੀ ਕੋਈ ਇੱਦਾਂ ਸ਼ਰਾਰਤੀ ਅਨਸਰ ਕਿਤੇ ਵੀ ਇੱਦਾਂ ਹੁੰਦਾ ਹੈ ਜੀ, ਸਾਨੂੰ ਦੱਸਿਆ ਕਰਨ, ਇਨਫੋਰਮੇਸ਼ਨ ਸ਼ੇਅਰ ਕਰਿਆ ਕਰਨ, ਅਸੀਂ ਮੌਕੇ 'ਤੇ ਪਹੁੰਚਾਂਗੇ ਅਤੇ ਹਮੇਸ਼ਾ ਆਪਦੀ ਤਨਦੇਹੀ ਨਾਲ ਆਪਦੀ ਇਮਾਨਦਾਰੀ ਨਾਲ ਇੱਦਾਂ ਵਰਕ ਕਰਦੇ ਹਾਂ।